ਹੈਲੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸ ਸਿੱਧੂ, ਮੈਂ ਰੀਤ ਸਿੱਧੂ ਤੇ ਰੀਤ ਜਿਹੜੀ ਅੱਜ ਮੇਰੇ ਨਾਲ ਹੋਈ ਹੈ ਨਾ ਉਹ ਕਦੇ ਵੀ ਨਹੀਂ ਹੋਣੀ। ਅੱਛਾ ਜੀ, ਅੱਜ ਵਰਗੀ ਕਦੇ ਨਹੀਂ ਹੋਣੀ, ਉੰਜ ਭਾਵੇਂ ਲੱਖ ਹੁੰਦੀ ਆ। ਕੀ ਹੋ ਗਿਆ? ਅੱਜ ਮੇਰੇ ਨਾਲ ਹੋਇਆ ਕਿ ਜਦੋਂ ਮੈਂ ਸਮਾਨ ਲੈਣ ਗਿਆ ਨਾ ਤੇ ਅੱਜ ਉੱਥੇ ਇੱਕ ਲੇਡੀ ਤੇ ਨਾਲ ਉਹਦੇ ਜਵਾਕ ਐਡਾ ਤੇ ਮੇਰੀ ਆ ਚਿੱਟੇ ਵਾਲ ਵੇਖ ਕੇ ਮੈਨੂੰ ਕਹਿੰਦੀ ਨਾ ਕਿ ਅੰਕਲ ਜੀ ਮਾੜੇ ਪਾਸੇ ਹੋਏ ਹੋ। ਮੈਨੂੰ ਆ ਸ਼ਰਮ ਜੀ ਆਈ ਆ ਵੀ ਆ ਕਿਉਂ ਗਿਆ ਯਾਰ, ਮੇਰੀ ਤਾਂ ਇੰਨੀ ਉਮਰ ਵੀ ਹੈ ਨੀ ਜਿੰਨੀ ਅੰਕਲ ਬਣਾਉਂਦਾ ਉਹਨੇ। ਮੈਡਮ ਰਾਹ ਚ ਆਉਂਦਾ ਆਉਂਦਾ ਮੈਂ ਸਾਰੇ ਸਲੂਨ ਵੇਖ ਕੇ ਆਇਆ, ਕੋਈ ਸਲੂਨ ਖੁੱਲ੍ਹਾ ਨਹੀਂ ਸੀਗਾ, ਕੋਈ 6 ਵਜੇ ਦਾ ਟਾਈਮ ਆ, ਬੰਦ ਹੋ ਜਾਂਦਾ ਤੇ ਮੈਂ ਸਾਰੇ ਦਾ ਵੇਖਦਾ। ਤੇ ਹੁਣ ਇੱਕ ਕੰਮ ਕਰ ਦੇ ਤੂੰ, ਆ ਦਾੜੀ ਦੂੜੀ ਕੱਟ ਕੇ ਤੇ ਇਹਦਾ ਕਲਰ ਕੁਲਰ ਲਾ ਕੇ ਦੇ ਮੈਨੂੰ ਅੱਜ। ਅੱਜ ਤਾਂ ਮੈਨੂੰ ਮੈਂ ਤਾਂ ਬੇਇੱਜ਼ਤੀ ਫੀਲ ਹੋਈ ਜਾਂਦੀ ਮੈਨੂੰ ਅੱਜ। ਨਹੀਂ ਫਿਰ ਹੁਣ ਲਾ ਚੱਲ ਜੇ ਕਰ ਦਿੰਦਾ। ਹਾਂ ਦਾੜੀ ਤੇਰੇ ਤੋਂ ਕੱਟਣੀ ਲੱਗੀ ਸੀ, ਮੈਂ ਵੇਖ ਕੇ ਆਇਆ ਸਲੂਨ ਬੰਦ ਸੀਗਾ, ਕੋਈ ਖੁੱਲ੍ਹਾ ਨਹੀਂ ਸੀਗਾ ਤੇ ਹੁਣ ਦਾੜੀ ਦੂੜੀ ਕੱਟ ਕੇ ਤੇ ਕਲਰ ਕੁਲਰ ਲਾ ਕੇ ਦੇ ਯਾਰ। ਸਿੱਧੂ ਤੁਹਾਡੇ ਕੱਟੂ ਦੀ ਯਾਰ, ਚੱਲ ਯਾਰ ਹੇਅਰ ਨਹੀਂ ਕਟਾਉਣੇ, ਮੈਂ ਦਾੜੀ ਕੱਟ ਦੇ ਯਾਰ, ਬਹੁਤ ਭੈੜਾ ਲੱਗੀ ਜਾਂਦਾ। ਅੱਜ ਤਾਂ ਮੈਨੂੰ ਫੀਲ ਹੋਣ ਲੱਗ ਗਿਆ ਵੀ ਯਾਰ ਵਾਕਈ ਅੰਕਲਾਂ ਨੂੰ ਲੁੱਕ ਹੋ ਗਈ ਆਪਣੀ। ਚੱਲ ਫਿਰ ਕੋਈ ਗੱਲ ਨੀ, ਅੱਜ ਤੂੰ ਕੱਟ ਦੇ। ਚਲੋ ਚੱਲ ਆ ਜਾ ਰੀਤ, ਹੁਣ ਕੱਟ ਕੱਟ ਮਸ਼ੀਨ ਨਾਲ ਹੁਣ ਮੇਰੇ ਵਾਲ ਕਟਾਉਣਾ ਹੁਣ ਮੈਂ ਰੀਤ ਤੋਂ। ਆ ਵੇ ਲੈ, ਇਹ ਪੂਰਾ ਪ੍ਰੋਪਰ ਕਰੂਗੀ ਹੁਣ ਮੈਨੂੰ। ਧਿਆਨ ਨਾ ਕੱਢੀਏ ਨਾ ਹੋਵੇ ਬਾਅਦ ਚ ਮੈਨੂੰ ਉਧਰ ਜਾਣਾ ਪਵੇ ਸਲੂਨ ਤੇ ਕੱਲ ਨੂੰ ਫਿਰ। ਮੈਨੂੰ ਤਾਂ ਲੱਗਦਾ ਕੰਮ ਹੋ ਗਿਆ ਕੀ ਕਰਦਾ, ਮਸ਼ੀਨ ਹੀ ਖੜ ਗਈ, ਆ ਕੀ ਬਣ ਗਿਆ, ਹੋਰ ਕੁਛ ਹੋ ਗਿਆ। ਮਸ਼ੀਨ ਖਰਾਬ ਹੋ ਗਈ ਤੇ ਦਾੜੀ ਇੰਨੀ ਕੱਟਦੀ, ਜਲੂਸ ਕੱਢ ਕੇ ਰੱਖਦਾ ਮੇਰਾ ਸਿਵਾ, ਕੰਮ ਹੋ ਗਿਆ ਖਰਾਬ। ਜਲੂਸ ਕੱਢਦਾ ਚੱਜ ਨਾਲ, ਅੱਗੇ ਇਦੂ ਦੋਵੇਂ ਹੀ ਚੰਗਾ ਸੀ ਅੰਕਲ ਦਾ ਲੱਗਦਾ, ਹੁਣ ਹੋਰ ਹੀ ਲੱਗਦਾ। ਅੱਗੇ ਅੰਕਲ ਲੱਗਦਾ ਸੁਣ ਕੋਈ ਹੋਰ ਲੱਗਦਾ। ਚੱਲ ਕੋਈ ਨਾ, ਮਾਸਕ ਹੈਗਾ ਨਾ, ਮਾਸਕ ਲਾ ਕੇ ਯਾਰ ਮੈਂ ਉਹਨੂੰ ਹੁਣ ਜਾਣਾ ਪੈਣਾ ਸਮੂਹ ਤੇ। ਚੱਲ ਮੈਂ ਵੇਖਦਾ ਯਾਰ ਕੋਈ ਤੜਕੇ ਜਾਊਗਾ ਹੁਣ ਸਮੂਹ ਤੇ, ਹੁਣ ਤਾਂ ਹੋਰ ਹੀ ਕੁਛ ਕੀਤਾ ਪਿਆ। ਜਲੂਸ ਕੱਢਦਾ ਚੱਲ ਕੋਈ ਨਾ। ਭੈੜਾ ਲੱਗੀ ਜਾਂਦਾ ਵੇਖ ਲੈ, ਇੱਥੇ ਦਾੜੀ ਕੱਢਤੀ ਤੇ ਕੱਟੀ ਨੀ, ਸਵੇਰੇ ਚੱਲ ਜਿਓ ਉਹ ਵੀ ਆ ਜਾਣੀ ਗਾ ਤੇ ਕੱਲ ਨੂੰ ਸਿਆਪਾ ਮੰਗਲਵਾਰ ਆਣਾ ਠੀਕ ਕਰਕੇ ਦੇ ਦਾ ਮਸ਼ੀਨ ਠੀਕ ਕਰਦੇ ਵੇਖੋ।
ਵਲੌਗ ਤਾਂ ਫਿਰ ਐਂ ਬੰਦੇ ਹੁੰਦੇ ਆ ਪਾਪਾ ਵੀ ਕੱਲ ਗੋਦੀ ਦਾੜੀ ਵੀ ਦਿਖਾ ਰਿਹਾ ਸੀ ਦਿਖਾਤੀ ਸੀ ਮੈਂ ਆ ਵੇ ਵਲੌਗ ਤਾਂ ਫਿਰ ਐਂ ਬਣਦੇ ਆ ਵਾਹ ਵਾਹ ਮੈਂ ਹਜੇ ਅੱਗੀ ਸਾਡੀ ਇੱਧਰ ਬੈਠ ਕੇ ਪਹਿਲੇ ਇੱਕ ਸਾਈਡ ਕਰਤਾ ਇੱਕ ਸਾਈਡ ਬਾਅਦ ਚ ਬਰਾਬਰ ਹੀ ਕੱਟ ਹੁਣ ਤਾਂ ਦਿਖਾਰੀ ਹੋਰ ਵੀ ਭੜਾ ਭੜਾ ਆ ਲੱਗਣ ਲੱਗ ਗਿਆ ਚਲੋ ਵੇਲੇ ਮਸ਼ੀਨ ਠੀਕ ਹੁੰਦੀ ਆ ਤਾਂ ਫਿਰ ਨਹੀਂ ਦੋ ਲੜ ਤਾਂ ਖੁੱਲ ਗਿਆ ਇੱਕ ਰਹਿ ਗਿਆ ਕੋਲਾ ਦੇਖਦੇ ਆ ਕੀ ਬੰਦ ਹੈ ਦਾ ਚੱਲ ਪਏ ਤਾਂ ਨਹੀਂ ਤਾਂ ਫਿਰ ਤੜਕੇ ਸਹੀ ਅੱਛਾ ਲੋਕੀ ਐਵੇਂ ਕਹਿ ਦਿੰਦੇ ਆ ਵੀ ਯੂਟਿਊਬ ਤੇ ਵੀਡੀਓ ਪਾਉਣੀਆਂ ਬਹੁਤ ਸੌਖੀਆਂ ਪਰ ਜਿਹੜਾ ਵੀਡੀਓ ਬਣਾਉਂਦਾ ਹਨਾ ਕੰਟੈਂਟ ਕ੍ਰੀਏਟਰ ਹੁੰਦਾ ਉਹਨੂੰ ਪਤਾ ਵੀ ਉਹ ਵੀਡੀਓ ਦੇ ਪਿੱਛੇ ਕਿੰਨੀ ਸਟਰਗਲ ਲੱਗੀ ਆ ਹੁਣ ਮਸ਼ੀਨ ਕਿਹੜੇ ਵੇਲੇ ਦੀ ਖੋਲੀ ਵੀ ਆ ਸੀ ਤੇ ਵਿੱਚੋਂ ਸਾਫ਼ ਕਰੀ ਜਾਂਦਾ ਇੱਕ ਕੰਟੈਂਟ ਪੂਰਾ ਕਰਨ ਵਾਸਤੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪੂਰਾ ਕੰਟੈਂਟ ਵੇਖਣ ਨੂੰ ਮਿਲੇ ਪੂਰਾ ਤੁਸੀਂ ਇੰਜੋਏ ਕਰ ਸਕੋ ਲੱਗੇ ਪਏ ਟੱਕਰਾਂ ਕਵਾਰ ਸਾਫ਼ ਕਰ ਆ ਮਸ਼ੀਨ ਦਾ ਮੈਗਨੇਟ ਵੀ ਕੱਢ ਲਿਆ ਸੀ ਵੀ ਸ਼ਾਇਦ ਕਿਤੇ ਨਾ ਇਹ ਨਾ ਖਰਾਬ ਹੋ ਗਿਆ ਹੋਵੇ ਫਿਊਲ ਸਪਰਿੰਗ ਸੁਪਰੁੰਗ ਪਾ ਕੇ ਸੈੱਟ ਤਾਂ ਕਰਦੀ ਆ ਹੁਣ ਚਲਾ ਕੇ ਵੇਖਦੇ ਆ ਵੀ ਚੱਲਦੀ ਆ ਕਿ ਨਹੀਂ ਚੱਲਦੀ ਸੁਣੀਆਂ ਜਿਹੜੀਆਂ ਹੋਰ ਜਿਹੜੇ ਫੰਗ ਨਹੀਂ ਲੱਗੇ ਹੁੰਦੇ ਉਹ ਵਾਲੀਆਂ ਤੁਰੀਆਂ ਫਿਰਦੀਆਂ ਉੱਤੇ ਆਈ ਜਾਂਦੀ ਪੈ ਤਾਂ ਗਿਆ ਸਪਰਿੰਗ ਜਾਂ ਵੇਹਨੇ ਕੀ ਬਣਦਾ ਚੱਲ ਹੁਣ ਚੱਲਣੀ ਚਾਹੀਦੀ ਹੈ ਵੈਸੇ ਚੱਲਦੀ ਕਿ ਨਹੀਂ ਚੱਲਦੀ ਚੱਲ ਵੀ ਹੁਣ ਕੱਢਦੇ ਚੱਲ ਹੁਣ ਕਰਦੇ ਯਾਰ ਸੈੱਟ ਬਣ ਗਏ ਇੰਜੀਨੀਅਰ ਆ ਮੈਂ ਮੈਨੂੰ ਤਾਂ ਦੋਨੇ ਇੱਕੋ ਜਿਹੀ ਆ ਗਈਆਂ ਆਇਓ ਕਰ ਦੋ ਹੁਣ ਆਇਓ ਨਹੀਂ ਹੈ ਤਾਂ ਤੱਕਦੇ ਭਾਬੀ ਨੇ ਸੱਚੀ ਕੀਤੀ ਜੋ ਕੱਢਦੇ ਹੋਰ ਹੀ ਬਣਾਉਂਦਾ ਹੋਵੇ
जवान हो रहा जोने फिर कुड़ी कोके ला जाएंगे सिंगम बन गया निकलो तो लाग गया होना हो गया ना मुच्छा भी सट गए ओके या ओके ओके बन गया बन गया चल हम ना आगे गए थे की बनदा फोन दवावे फोन दवावे ही रहे पुराने बुढ़िया को खिची ता तक ऐसे कर दी जमा ता तक चकी भी आ चलो यही सी अपना व्लॉग मिलता है अगले व्लॉग च वो तो प्यार भरी सत श्रीकाल बाय बाय यही नाल खेलने हो गया मैं जवान हो गया मैं जवान जान गया अभी तो मैं जवान हूँ मजा ही करांगे।